कनेडा दे एमपी सुख धालीवाल वल्लों संसद विच पेश निजी बिल चर्चा च। डेरा प्रेमी दी जमानत ते श्रोमणी कमेटी दा प्रतिकार। एसजीपीसी सेवादारां लई ड्रेस कोड लागू। कैनेडियन एमपी सुख धालीवाल वल्लों भारत अते होर देशां नूं निशाना बनाउंदे होए संसद विच निजी बिल पेश कीता गया। बिल भारत अते कैनेडा दे दुवल्ले रिश्तियां उपर इस दे संभावी सीटियां कारण विवादां विच है। सुख धालीवाल ब्रिटिश कोलंबिया सूबे दे सरी न्यू टाउन संसदी हल्के तो सांसद हन। उन्हां वल्लों यह बिल 12 फरवरी नूं सदन विच पेश कीता गया सी। हालांकि इस बिल विच इकल्ले भारत दा नाम नहीं है, सगों चीन, रूस, ईरान वर्गे होर देशां दी वी गल कीती गई है। कैनेडियन पार्लीमेंट की वैबसाइट उपर उपलब्ध बिल मुताबक कैनेडा ग्लोबल सुरक्षा नूं बहुत गंभीरता नाल लैंदा है ते सुरक्षा खुफिया जानकारी सांझी करन, जमहूरी संस्थावां दी सुरक्षा, कानून दे राज नूं कायम रखण अते हिंसा अते अतवाद नूं रोकण लई वख-वख विदेशी राज्यां नाल कई सहयोगी समझौते हन। हालिया घटनावां जिन्हां विच भारत सरकार दे एजेंटां विचकार संबंध होण दे भरोसेयोग इल्जाम अते कैनेडियन नागरिक भाई हरदीप सिंह निज्जर दी कैनेडा दी धरती ते इक गुरद्वारा साहिब दे बाहर कतल, कैनेडा विच भारत, चीन, रूस, ईरान अते इन्हां वर्गे होर देशां दी वध रही धमकियां अते दखलअंदाजी दीआं उदाहरणां हन। सदन दी राय विच इह यकीनी बनाउण लई कि डायस्पोरा भाईचारिआं नूं कैनेडियन धरती ते सियासी दखलअंदाजी, हिंसा जां धमकाउण दीआं कारवाइयां तों सुरक्षित हन, लोकतंत्री संस्थावां नूं कमज़ोर करन वाले किसे विदेशी राज दे किसी भी व्यक्ति जां एजेंट तों हिंसा दीआं कारवाइयां विच शामिल होण जां मनुखी जां कौमांतरी हक्कां दी उलंघना करदे होण, इन्हां व्यक्तियां नूं कैनेडा विच दाखल होण तों रोकण लई सरकार नूं तुरंत अपने उपावां दी समीक्षा करनी चाहीदी है। सरकार नूं इन्हां कारवाइयां दी प्रगति बारे सदन नूं दसणा चाहीदा है। ਤੁਹਾਨੂੰ ਦੱਸ ਦਈਏ ਕਿ ਕੈਨੇਡੀਅਨ ਸੰਸਦ ਵਿੱਚ ਕਿਸੇ ਨਿੱਜੀ ਬਿੱਲ ਉੱਪਰ ਬਹਿਸ ਕਰਵਾਉਣ ਲਈ ਘੱਟੋ ਘੱਟ 20 ਮੈਂਬਰਾਂ ਦੀ ਬਿੱਲ ਨੂੰ ਹਮਾਇਤ ਹੋਣੀ ਜ਼ਰੂਰੀ ਹੈ। ਸੁਖ ਧਾਲੀਵਾਲ ਵੱਲੋਂ ਪੇਸ਼ ਇਸ ਬਿੱਲ ਨੂੰ 15 ਸਾਂਸਦਾਂ ਨੇ ਜੁਆਇੰਟਲੀ ਸੈਕਿੰਡ ਕੀਤਾ ਸੀ। ਇਹਨਾਂ ਵਿੱਚ ਪ੍ਰਮੁੱਖ ਨਾਮ ਹਨ ਸੋਨੀਆ ਸਿੱਧੂ, ਇਕਵਿੰਦਰ ਗਹੀਰ, ਰਣਦੀਪ ਸਰਾਏ, ਅੰਜੂ ਢਿੱਲੋਂ, ਜੋਰ ਚਾਹਲ, ਪਰਮ ਬੈਂਸ। ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਬੋਰਡ ਆਫ ਡਾਇਰੈਕਟਰਜ਼ ਨੇ ਧਾਲੀਵਾਲ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ, ਇਹ ਮਤਾ ਅਜੇ ਤੱਕ ਗੈਰ ਪ੍ਰਮਾਣਿਕ ਅਤੇ ਗੈਰ ਪ੍ਰਮਾਣਿਕ ਦੋਸ਼ਾਂ ਦੀ ਵਰਤੋਂ ਕਰਕੇ ਇੱਕ ਵਿਸ਼ੇਸ਼ ਦੇਸ਼ ਅਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਕੋਸ਼ਿਸ਼ ਕਰ ਰਿਹਾ ਹੈ। CIEF ਦਾ ਬਿਆਨ ਹੈ ਕਿ ਜੇਕਰ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਇਹ ਭੜਕੜਾਹਟ ਦੀ ਇੱਕ ਲੰਮੀ ਸੂਚੀ ਵਿੱਚ ਇੱਕ ਹੋਰ ਪਹਿਲਕਦਮੀ ਹੋਵੇਗਾ ਜੋ ਕੈਨੇਡਾ ਭਾਰਤ ਸੰਬੰਧਾਂ ਨੂੰ ਨੁਕਸਾਨ ਪਹੁੰਚਾਏਗੀ। ਸਾਡੇ ਦੁਵੱਲੇ ਮੁੱਦਿਆਂ ਨੂੰ ਸੁਲਝਾਉਣ ਲਈ ਸੰਸਥਾ ਹੋਣ ਦੇ ਨਾਤੇ ਅਸੀਂ ਚਿੰਤਿਤ ਹਾਂ ਕਿ ਹਿੰਸਕ ਘੱਟ ਗਿਣਤੀ ਦੁਆਰਾ ਵਰਤੇ ਗਏ ਪ੍ਰਭਾਵ ਸਾਡੀ ਘਰੇਲੂ ਰਾਜਨੀਤੀ ਅਤੇ ਵਿਦੇਸ਼ ਨੀਤੀ 'ਤੇ ਅਸਰ ਪਾਉਂਦੇ ਰਹਿੰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਲਿਬਰਲ MP ਚੰਦਰ ਆਰਿਆ ਨੇ ਬਾਕੀ ਸਾਂਸਦਾਂ ਨੂੰ ਬਿੱਲ ਦੀ ਹਮਾਇਤ ਨਾ ਕਰਨ ਦੀ ਅਪੀਲ ਕੀਤੀ ਹੈ। ਆਪਣੇ ਪੱਤਰ ਵਿੱਚ ਉਹਨਾਂ ਕਿਹਾ ਕਿ ਜੇ M12 ਮਤਾ ਪਾਸ ਹੋ ਜਾਂਦਾ ਹੈ ਤਾਂ ਚੰਗੀ ਤਰ੍ਹਾਂ ਸੰਗਠਿਤ ਅਤੇ ਫੰਡਡ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਗਰੁੱਪਾਂ ਨੂੰ ਸ਼ਹਿ ਮਿਲੇਗੀ ਅਤੇ ਕੈਨੇਡਾ ਵਿੱਚ ਵਸਦੇ ਹਿੰਦੂ ਕੈਨੇਡੀਅਨ ਪਰਿਵਾਰਾਂ ਦੀ ਸੁਰੱਖਿਆ ਦੇ ਡਰ ਵਿੱਚ ਵਾਧਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਾਲੀ ਥਾਂ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਗੁਰੂ ਨਾਨਕ ਸਿੰਘ ਗੁਰਦੁਆਰਾ ਦੇ ਪ੍ਰਧਾਨ ਸਨ ਅਤੇ ਖਾਲਿਸਤਾਨ ਹਮਾਇਤੀ ਵੀ ਸਨ। ਇਸ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਨਿੱਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਸਨ। ਦੂਜੇ ਪਾਸੇ ਭਾਰਤ ਸਰਕਾਰ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ। ਦੋਵਾਂ ਦੇਸ਼ਾਂ ਵਿੱਚ ਇਸ ਕਾਰਨ ਕੂਟਨੀਤਿਕ ਤਣਾਅ ਵੱਧ ਗਿਆ ਸੀ। ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ ਸੀ। ਭਾਰਤ ਨੇ ਕੈਨੇਡਾ ਦੇ 41 ਦੇ ਕਰੀਬ ਕੂਟਨੀਤਿਕਾਂ ਨੂੰ ਕੈਨੇਡਾ ਵਾਪਸ ਭੇਜ ਦਿੱਤਾ ਸੀ। ਦੂਜੇ ਪਾਸੇ ਨਵੰਬਰ 2023 ਵਿੱਚ ਸਾਹਮਣੇ ਆਏ ਦਸਤਾਵੇਜ਼ਾਂ ਮੁਤਾਬਕ ਅਮਰੀਕੀ ਅਦਾਲਤ ਵਿੱਚ ਦਾਇਰ ਇਲਜ਼ਾਮਾਂ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ $1,00,000 ਦੀ ਨਕਦੀ ਬਦਲੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਸਨ। ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਦੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਨਿਖਿਲ ਗੁਪਤਾ ਨੇ ਕਥਿਤ ਤੌਰ 'ਤੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦਾ ਠੇਕਾ ਦਿੱਤਾ ਸੀ। ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਬੇਅਦਬੀ ਮਾਮਲੇ ਵਿੱਚ ਮਿਲੀ ਜ਼ਮਾਨਤ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰਾਸ਼ਾ ਜਤਾਈ ਹੈ ਅਤੇ ਨਾਲ ਹੀ ਸਿਆਸੀ ਅਤੇ ਪੰਥਕ ਧਿਰਾਂ ਨੂੰ ਇਸ ਮਾਮਲੇ 'ਤੇ ਚੁੱਪ ਰਹਿਣ ਦੀ ਵੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਰਾਜਨੀਤਿਕ ਪਾਰਟੀਆਂ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਪਾਰਟੀਆਂ ਸੱਤਾ ਵਿੱਚ ਆਈਆਂ ਸਭ ਨੇ ਬੇਅਦਬੀ ਮਾਮਲੇ 'ਤੇ ਰਾਜਨੀਤੀ ਕੀਤੀ ਹੈ ਅਤੇ ਹੁਣ ਵੀ ਕਰ ਰਹੀਆਂ ਹਨ, ਪਰ ਕਿਸੇ ਨੇ ਇਸ ਮਾਮਲੇ ਵਿੱਚ ਇਨਸਾਫ ਨਹੀਂ ਦਿਵਾਇਆ। ਡੇਰਾ ਪ੍ਰੇਮੀ ਨੂੰ ਜ਼ਮਾਨਤ ਦੇ ਦਿੱਤੀ ਗਈ ਜਿਸ ਨੂੰ ਲਗਭਗ 10 ਮਹੀਨੇ ਬਾਅਦ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬੇਅਦਬੀ ਵਰਗੇ ਗੰਭੀਰ ਮਸਲੇ ਵਿੱਚ ਦੋਸ਼ੀ ਨੂੰ ਇਸ ਤਰ੍ਹਾਂ ਜ਼ਮਾਨਤ ਦੇਣਾ ਸਿੱਖ ਵਿਰੋਧੀ ਕਾਰਵਾਈਆਂ ਨੂੰ ਉਤਸ਼ਾਹਿਤ ਕਰਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ 'ਤੇ ਅਖੌਤੀ ਪੰਥਕ ਗਾਇਬ ਹਨ ਅਤੇ ਸਰਕਾਰ ਦਾ ਕਾਨੂੰਨੀ ਤੰਤਰ ਵੀ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਬੜੀ ਦੁੱਖ ਭਰੀ ਗੱਲ ਹੈ ਜਿਹੜੀ ਕਿ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
कि पिछले समय के अंदर बड़ा वड्डा एक पंजाब की धरती से पाप होया जिहड़े लोगों ने यह किया वो लोग अज भी कटहरे तक नहीं पहुँच सके। बहुत सारिया सिटा आई बहुत सारे क्या जांचा आई इत्थे पार्टियां आई जिहड़ियां कि गोड़का साहब की सहु खाण तो बाद इत्थे चन्नी वर्गे जिहड़े मुख्यमंत्री भावें 6 महीने लिए आए तो उस तो बाद केजरीवाल आया जी ने गल कही कि बेअदबी के मुद्दे पर असी दोषियों सजावां देवांगे। भावें कि यह गल अज 7 साल बाद क्लीयर हुई कि जिन्ने भी जांचा हुई उन्होंने जांचा दे विच जांच करने वाले अधिकारी जिहड़े आ वो बेईमान पाए गए। सियासी पार्टियां आपका निजी फायदा लेंदियां दिखाई दित्तियां कि असी अकाली दल नूं मारीए तो सियासी लाहा कटीए तो अज तां इस गल दा सिखर हो गया जदों प्रदीप कलेर नां दा बंदा जिहड़ा कि भारतीय जनता पार्टी के आगू दे नाल देखिया गया पंजाब सरकार ने उन्हूं फड़ के लिया तो अज वो करीब 15 दिनों के अंदर अंदर वो जरा जेल तो बाहर दिखाई दे रहा जिन्हें ये गल हिक ठोक के कही सी कि इस बेअदबी दे लई जिहड़ा आर्डर किया सी वो हनीप्रीत ने किया सी उन्हूं उहदी जिहड़ी सहमति सी वो राम रहीम की उस गल नाल सहमति सी भावें कि इदू पहलां एक बिट्टू नाँ का बंदा जिहड़ा कि आगू सी इन्हां दा वो जेल दे विच मरिया गया उहदे बारे भी एक शंका खड़ी हुई उस तो पहलां एक होर आगू भी मारिया जांदा जदों इस गल का खुलासा करता तो अज तो इस गल का सिखर हो गया कि जिहड़े सब तो वड्डी दावे करन वाली जिहड़ी आ केजरीवाल एंड पार्टी सी भगवंत मान हुणी उन्हां दे वकील जिहड़े आ उह इस गल लई उस बंदे का रस्ता ही ना रोक सके जिहड़ा बंदा मौजूदा समें च एडी वड्डी गवाही दिंदा। सो अज तो यह गल स्पष्ट होगी कि ये सारिया राजनीतिक तरह अपनी निजी मफाद वास्ते जिहड़े काम करदियां रहियां कांग्रेस वोटां वटोरन लई चन्नी वोटां वटाउण लई जां आम आदमी वोटां वटाउण लई इन्हां ने गुरु की जिहड़ी दा सत्कार जां भावना का कोई मुल अज निखर के सामने आ गया नहीं दिखाई दिता। तो दूजे पासे सब तो माड़ी गल ये हुई कि इस समय दे विच उस समय धर्म का चोगा पा के जिहड़े लोग अपने आप नूं धर्म के ठेकेदार कहाउंदे सीगे मैनूं इस गल लई शर्म आ रही है कि जिहड़े लोग सिक्खी बाणे दे विच चोलियां दे विच अपने आप नूं सिख आगू कहिंदे सी वो अज कित्थे चले गए ने किहड़ी खुड विच वड़ गए तो वो अज इस गल बारे आवाज़ नहीं उठा रहे। अज भी असी बड़े भरे मन वाले गल कहने कि जिहड़ा कुछ ये वापरिया इस दे खिलाफ़ भी प्रदीप कलेर किवें रिहा हो जाता क्यों हो जाता कि एडा सरकारी तंत्र नपुंसक हो गया कि वो इस घनौने कारे का जिहड़ा संबंधित व्यक्ति उन्हूं परोल उन्हूं वह जमानत मिल जाती है तो दूजे पासे जे कोई सिक्खी की गल करता अमृत छकाउण की गल करता नशियां दे खिलाफ़ की गल करता तो वह डिब्रूगढ़ बंद कर दिता जाता उहदा जिहड़ा NSA मुड़ तो ला दी जाती है। सो ये बड़ा माड़ा दौर चल रहा। श्री हरिमंदर साहिब विखे काम करने वाले कर्मचारी हुण बिना वर्दी दे नज़र नहीं आउणगे उन्हां दे गल विच ID कार्ड भी जरूरी होवेगा यह हुक्म अज सभा दे चेयरमैन एडवोकेट हरजिंदर सिंह धामी ने दिते हन। भावें श्री हरिमंदर साहिब विखे मुलाजम पहलां ही वर्दी पहनते सन पर हुण प्रधान धामी ने श्री हरिमंदर साहिब दे मैनेजर भगवंत सिंह ते सकत्तर प्रताप सिंह नूं इन्हां हुक्मां दी सख्ती नाल पालना करन दी हदायत कीती है। हुण श्री हरिमंदर साहिब आउण वाले सैलानियों नूं मुलाजम पहचानण विच कोई मुश्किल नहीं आवेगी। श्रोमणी गुरुद्वारा प्रबंधक कमेटी वल्लों हुक्म दित्ते गए हन कि सारे 22,000 मुलाजम अपनी वर्दी पाउण। श्री हरिमंदर साहिब के अंदर कर्मचारियों नूं नीला ते पीला चोला ते नीलियां पीलियां पग्गां ते सहायकां नूं चिट्टियां वर्दियां पहननियां पैणगियां। इस दे नाल ही कर्मचारियों लई पछाण पत्र भी जरूरी हो गया है जिसनों कर्मचारियों नूं गले विच पहनना पवेगा। कमेटी का कहना है कि कई बार कर्मचारी बिना वर्दी तो भी ड्यूटी ते हाजिर हुंदे हन अजिहे कर्मचारियों नूं हुण इस नियम की सख्ती नाल पालना करन लई कहा गया है। तुहानूं दस दिए कि श्री हरिमंदर साहिब कॉम्पलैक्स विच स्थित सेवादारां खास करके प्रक्रिया विच मौजूद श्रद्धालुओं वल्लों लगातार दुर्व्यवहार दी शिकायतां मिलदियां रहियां हन। कई बार अधिकारियों ते उन्हां दे साथियों नूं उक्त कर्मचारियों की पहचान करन विच मुश्किल आउंदी है जिस कारण इन्हां हुक्मां की पालना ना करन नूं यकीनी बनाउण लई हदायतां जारी कीतियां गईआं हन। इस तों पहलां 2020 विच तत्कालीन श्रोमणी कमेटी प्रधान बीबी जगीर कौर ने भी श्री हरिमंदर साहिब के मुलाजमां लई ड्रैस कोड लागू किया सी। उन्हां कहा सी कि कर्मचारियों नूं रवायती पहरावा पहनना चाहीदा है अते दाढ़ी नहीं कटनी चाहीदी। उन्हां ने उन्हां नूं पछमी कपड़े त्यागण अते काम दे समें दौरान कुर्ता पजामा पहनण लई कहा सी। कांग्रेसी आगू सुखपाल खहरा ने केजरीवाल की गिरफ्तारी ते बयान दिता है। उन्हें कहा कि आम आदमी पार्टी ने जो बोया है उही वढ़ रही है। पंजाब विच मैनू ते होर विरोधी पार्टियां दे आगूआं नूं 8-8, 9-9 साल पुराने केसां विच गिरफ्तार किया गया
जो सब नू पता है कि यह सत्ता धिर ने केवल अपनी किड़ कढ़न लई बदलाखोरी की भावना नाल किया सी। हुण केजरीवाल जदों जेल विच हन तां आम आदमी पार्टी कह रही है कि यह बदलाखोरी लई किया जा रहा है। उन्होंने कहा कि यह जो कुछ भी केजरीवाल नाल हो रहा है यह सब पंजाब विच इन्हां ने भी किया है। उन्होंने कहा कि केजरीवाल नू डॉक्टर गांधी ने छोटा मोदी ना दिता सी जो हुण सही साबित हो रहा है। देखो कहानी यह आ कि मैं कभी किसी की गिरफ्तारी ते खुशी नहीं जाहिर की, परंतु अरविंद केजरीवाल ते जिहड़ा इन्हां दा टोला है ना पंजाब दे विच वी, ये जदों इल्जाम लाउंदे ने ना मोदी ते बीजेपी ते ईडी दा दुरुपयोग ते सीबीआई दे दुरुपयोग ते अपनी करतूत भुल जांदे ने। इन्हां ने पंजाब दे विच बिल्कुल उहदे नाल वध पंजाब पुलिस दा दुरुपयोग करके अपने पोलिटिकल सियासी विरोधियों को बहुत जबर ढाया। तुहाडे सामने मैं खड़ा, मेरे ते एनडीपीएस का केस 9 साल पुराना, हुण अतिशी रोज़ रुंदी है कि 2 साल पुराना है, उनके पास कोई सबूत नहीं है, उनको झूठे केस में फसाया जा रहा है, तो तुसी खेरे नाल की कीता सीगा? और वो केस जदों 2017 च मेरे ते बनया वा, पहली बारी समन किया गया अदालत वालों, भगवंत मान ऑफिशियली ऑन रिकॉर्ड है, वो कह रहा वा कि खेरे नाल बड़ी बेइंसाफी हो रही, धक्का हो रहा, सरकार वेंडेटा कर रही है, तो मैं पार्लीमेंट गल उठाऊंगा। उस केस मैनू इंप्लीकेट करता, और 4 जनवरी 2024 जो मैनू हाई कोर्ट ने बेल दिती है इस एनडीपीएस केस विच, सुभानपुर पुलिस स्टेशन च उदन 3 बजे तड़के एक अटरली झूठा मुकदमा होर दर्ज किया गया ताकि से मैनू ये, मैं केजरीवाल अतिशी सौरभ भगवंत नू पुछना चाहना कि तुहाडे ते बीजेपी च अंतर की है? ये तुसी उत्थे शोर मचाने के जी बीजेपी ने मीडिया हाईजैक कर लिया, कि पंजाब दे विच मीडिया हाईजैक भगवंत की सरकार ने नहीं किया? सो देयरफोर दूसरे दे इल्जाम लाने तो पहला अपने गिरेबान चाको, ताइयों मैं सादा जिहा शब्द वरत्या सीगा कि जो बीजोंगे उही वड्डोंगे, किसी लिए टोआ पट्टोंगे उहदे डिगोंगे। केजरीवाल उस टोए विच जाके डिग्गिया, हुण रोंदे ने कि 4.5 किलो भार घट गया, हाले तां दिन ही 10 होए ने। श्रोमणी अकाली दल बादल दे प्रधान सुखबीर बादल वालों अज एक अहम प्रैस कॉन्फ्रेंस की गई, जिस विच उन्होंने अकाली दल विच वापस आए सारे अकाली आगुआं दा स्वागत किया ते अपील भी की कि सब नूं मिल के अकाली दल दे झंडे हेठ संघर्ष करना चाहीदा है तां जो नैशनल पार्टियां नूं टक्कर दित्ती जा सके। उन्होंने इस मौके कहा कि आम आदमी पार्टी अते उन्हां दा परिवार ते उन्हां दे साथी सारे वापस श्रोमणी अकाली दल थले वापस घर आए है, मैं दिल की गहराइयां तो उन्हां दा धन्नवाद करना चाहना। पर मैं दिलों अज मैनूं बड़ी खुशी है कि सारा परिवार इकट्ठा हो गया, मेरी कोशिश रही है पिछले कई दिनों तो, ते मैं सारे नूं अपील कीती है कि अज सारे पंजाबियों नूं पार्टी के पुराने साथियों नूं एक झंडे थले आउण दी लोड़ है, क्योंकि जय जियां दिल्ली दियां पार्टियां ने पंजाब की तबाही क्रियात की है, दिल्ली दियां जिहड़े नैशनल पार्टियां इत्थे राज करन वास्ते आउंदियां, कब्जा करन वास्ते आउंदियां, लुट्टन वास्ते आउंदियां, सेवा करन वास्ते नहीं, दिल जितन वास्ते नहीं, उन्हां वास्ते जिवें अंग्रेज़ां दी ईस्ट इंडिया कंपनी देश विच आई सी कोई देश नूं तरक्की कराउण वास्ते नहीं, देश तों लुट्टन वास्ते आई सी, देश का खजाना खत्म करने वास्ते आई सी, वही रोल असारियां नैशनल पार्टी है। अकाली दल जो कल्ली अपनी पंजाब की कौम की पंथ की पंजाबियों की नमैता जथेबंदी है, उहदी ते नैशनल पार्टियां का जमीन आसमान का फर्क है। असी थोड़े हैं, थोड़े दुख सुख के साथी हैं, थोड़े विचों ही असी निकले हैं, तो फैसले पंजाब के जो हक की करना है जिहड़ियां दूजियां पार्टियां वो फैसले कर दियां जो उन्हां दे हुक्मरान कहिंदे है। इस करके जो हालात पंजाब दे अज है, अज गैंगस्टर पंजाब च अज कर रहा है, लुट खोई हुई हैं, डकैतियां हैं, मैं लगता है अद्धे लुधियाणे ने फरौतियां दित्तियां हैं, पुलिस नाम की कोई चीज़ नहीं, नशा घर घर फैला दिता। देखो पंजाब बहुत पिछे चला गया, जिन्नी भी डिवेलपमेंट हुई है उदों ही हुई है जदों पंजाब में श्रोमणी अकाली दल दा राज, तुसे सारे लुधियाने वाला मीडिया इत्थे बैठा है, लुधियाने विच भावें कोई फ्लाईओवर बनया, भावें कोई ओवरब्रिज बनया, भावें कोई सड़कां बनिया, भावें सीवरेज पिया है, भावें ब्यूटिफिकेशन हुई है, एक एक चीज़ कल्ली श्रोमणी अकाली दल ने बनाई है, एक भी 10 साल
मैं तो बीजेपी के हैरान हाँ जी ऐसे बंदे ले जाते गल समझे जिन्हों कोई लुधियाने वाला पुछता नहीं वेट कर रहे सी कि आ जाए तो फिर असं दसावे सबक चलो बीजेपी हूँ बीजेपी पता लग जूगा उ कह रहे ना जिहड़ियां नैशनल पार्टियां हैं उत्थे बैठे लीडर सोचते कि आ बड़ी चीज है उन्होंने पता ही नहीं कि पंजाब विच उह बंदे दी की कदर है ਉਹ ਪੁੱਛ ਜਿਹੜੀ ਨੈਸ਼ਨਲ ਪਾਰਟੀਆਂ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਸੋਚਦੇ ਬਿੱਟੂ ਬਹੁਤ ਵੱਡਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਹੁਤ ਨੇ ਇਹਨਾਂ ਨੂੰ ਪੁੱਛ ਇੱਧਰ ਭੇਜ ਦਿਓ ਬਾਅਦ ਚ ਪਤਾ ਲੱਗੂਗਾ ਜਦੋਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਵਿਕਰਮ ਮਜੀਠੀਆ ਨੇ ਕੇਂਦਰ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਹੌਲੀ ਹੌਲੀ ਪੰਜਾਬ ਦੇ ਹੱਕਾਂ ਨੂੰ ਖੋ ਰਹੀ ਹੈ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ ਸਿਹਤ ਖੇਤਰ ਵਿੱਚ ਭਰਤੀ ਲਈ ਨੋਟੀਫਿਕੇਸ਼ਨ ਕੱਢ ਕੇ ਪੰਜਾਬ ਦੇ ਚੰਡੀਗੜ੍ਹ ਤੇ ਆਪਣਾ ਹੱਕ ਜਤਾਇਆ ਹੈ ਅਕਾਲੀ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਿਹਤ ਖੇਤਰ ਵਿੱਚ ਰੁਜ਼ਗਾਰ ਵਿੱਚ ਜਿੱਥੇ ਪਹਿਲਾਂ 60-40 ਨਾਲ ਭਰਤੀ ਹੁੰਦੀ ਸੀ ਇਸ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ 60% ਨੁਮਾਇੰਦਗੀ ਸੀ ਕੇਂਦਰ ਸਰਕਾਰ ਨੇ ਨਾ ਇਸ ਪ੍ਰਕਿਰਿਆ ਵਿੱਚ ਸਿਰਫ ਦਖਲ ਦਿੱਤਾ ਹੈ ਬਲਕਿ ਆਪਣੀ ਮਨਮਾਨੀ ਵੀ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੀ ਦਾਅਵੇਦਾਰੀ ਖਤਮ ਕਰ ਖੁਦ ਭਰਤੀ ਸ਼ੁਰੂ ਕਰ ਦਿੱਤੀ ਹੈ ਅੱਜ ਚੰਡੀਗੜ੍ਹ ਦਾ ਇੱਕ ਹੋਰ ਮਸਲਾ ਦਾਸ ਦੇ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ ਮੈਂ ਸਾਹਮਣੇ ਇਹਨੂੰ ਸ਼ੇਅਰ ਵੀ ਕਰੂੰਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ ਹੌਲੀ ਸੂਬੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ 'ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ 'ਚੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਛ ਭਰਤੀਆਂ ਜਿਹੜੀ 60-40 ਦੇ ਰੇਸ਼ੋ 'ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਅਤੇ 40% ਹਰਿਆਣੇ 'ਚੋਂ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰਿਟੈਂਡੈਂਟ ਹੈ ਉਹ ਹਰਿਆਣੇ ਤੋਂ ਆਉਂਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਆਉਂਦਾ ਸੀ ਮਗਰ ਅੱਜ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਦੇ ਲੈਵਲ 'ਤੇ ਕਰੂਗੀ ਔਰ 60-40 ਦਾ ਜਿਹੜਾ ਰੇਸ਼ੋ ਆ ਉਹ ਖਤਮ ਹੋ ਜੂਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉੱਤੇ ਕੋਈ ਹੱਕ ਨਹੀਂ ਰਹਿ ਜੂਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ 'ਚ ਫਿਰ ਪੁਲਿਸ ਵਾਲਿਆਂ ਦੀ ਭਰਤੀ 'ਚ ਅੱਡ ਅੱਡ ਭਰਤੀਆਂ 'ਤੇ ਇਹ ਸਮੇਂ ਸਮੇਂ ਨਾਲ ਇਹ ਹੌਲੀ ਹੌਲੀ ਕੇਂਦਰ ਦੀ ਸਰਕਾਰ ਇਹ 'ਤੇ ਡਾਕੇ ਮਾਰ ਰਹੀ ਹੈ ਇਸ ਲਈ ਮੈਂ ਸਖ਼ਤ ਇਹਦਾ ਵਿਰੋਧ ਕਰਦਾ ਔਰ ਸਮੁੱਚੀ ਜਿਹੜੇ ਪੰਜਾਬ ਹਿਤੈਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਹੈ ਚੰਡੀਗੜ੍ਹ 'ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਜ਼ਿਸ਼ਾਂ ਚੱਲ ਰਹੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ 'ਤੇ ਉਸਨੂੰ ਕੰਡੈਮ ਕਰਦੇ ਹਾਂ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲਏ ਹੋਏ ਮੈਂ ਅੱਜ ਡਿਮਾਂਡ ਕਰਦਾ ਹੈ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿਉਂਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕੀ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ ਔਰ ਜੇ ਤੁਸੀਂ ਸਮਝਦੇ ਹੋ ਪੰਜਾਬ ਦਾ ਫਿਰ ਇਹ ਨੋਟੀਫਿਕੇਸ਼ਨ ਵੀ ਰੱਦ ਹੋਵੇ ਅਤੇ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਬਹੁਤ ਬਹੁਤ ਧੰਨਵਾਦ ਬੇਅਦਬੀ ਮਾਮਲਿਆਂ ਨਾਲ ਜੁੜੇ ਬੈਬਲ ਅਤੇ ਕੋਟਪੁਰਾ ਗੋਲੀਕਾਂਡ ਦੀ ਇਕੱਠੀ ਸੁਣਵਾਈ ਵਧੀਕ ਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਫਰੀਦਕੋਟ ਵਿਖੇ ਹੋਈ ਸੁਣਵਾਈ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਬਕਾ DGP ਸੁਮੇਧ ਸੈਣੀ ਪਰਮਰਾਜ ਸਿੰਘ ਉਮਰਾ ਨੰਗਲ ਅਮਰ ਸਿੰਘ ਚਾਹਲ ਸੁਖਮਿੰਦਰ ਸਿੰਘ ਮਾਨ ਪੰਕਜ ਬਾਂਸਲ ਨੇ ਵੀਡੀਓ ਕਾਨਫਰੰਸ ਰਾਹੀਂ ਹਾਜ਼ਰੀ ਲਵਾਈ ਜਦਕਿ ਸਾਬਕਾ SSP ਚਰਨਜੀਤ ਸ਼ਰਮਾ ਸਮੇਤ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ ਅਤੇ ਸੁਹੇਲ ਸਿੰਘ ਬਰਾੜ ਆਦਿ ਅਦਾਲਤ ਵਿੱਚ ਖੁਦ ਪੇਸ਼ ਹੋਏ ਸੁਣਵਾਈ ਦੌਰਾਨ ਪੁਲਿਸ ਅਧਿਕਾਰੀ ਚਰਨਜੀਤ ਸ਼ਰਮਾ ਦੇ ਵਕੀਲ ਨੇ ਅਦਾਲਤ ਵਿੱਚ ਆਖਿਆ ਕਿ ਉਕਤ ਕੇਸ ਨੂੰ ਇੱਥੋਂ ਤਬਦੀਲ ਕਰਨ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਇਸੇ ਤਰ੍ਹਾਂ ਹੋਰ ਪੁਲਿਸ ਅਧਿਕਾਰੀਆਂ ਦੇ ਵਕੀਲਾਂ ਨੇ ਚੱਲਦੇ ਮੁਕੱਦਮੇ ਨੂੰ ਬੰਦ ਕਰਨ ਲਈ ਅਦਾਲਤ ਵਿੱਚ ਅਰਜ਼ੀ ਪੇਸ਼ ਕਰਕੇ ਬੇਨਤੀ ਕੀਤੀ ਕਿ SIT ਵੱਲੋਂ ਮਿਤੀ 9 ਅਪ੍ਰੈਲ 2021 ਅਤੇ 4 ਜੁਲਾਈ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਸ ਕਾਰਨ ਇਹ ਕੇਸ ਬੰਦ ਹੋਣਾ ਚਾਹੀਦਾ ਹੈ ਜਿਸ ਦੀ SIT ਦੇ ਵਕੀਲ ਵੱਲੋਂ ਜਵਾਬ ਦੇਣ ਸੰਬੰਧੀ ਬੇਨਤੀ ਕਰਨ ਉਪਰੰਤ ਇਸ ਦੀ ਕਾਰਵਾਈ 20 ਅਪ੍ਰੈਲ ਤੱਕ ਅਗਲੇ ਹੁਕਮਾਂ ਲਈ ਮੁਲਤਵੀ ਕਰ ਦਿੱਤੀ ਗਈ
ਸਿਉਂ ਕਿਸਾਨ ਮੋਰਚਾ ਰਾਜੇਵਾਲ ਵੱਲੋਂ 8 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ 11 ਸੈਲੋਜ਼ ਨੂੰ ਮੰਡੀਆਂ ਐਲਾਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਕਾਰਪੋਰੇਟਰਾਂ ਨੂੰ ਪੰਜਾਬ ਵਿੱਚ ਸਹੂਲਤਾਂ ਦੇ ਰਹੀ ਹੈ ਅਤੇ ਕਿਸਾਨ ਇਸ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਐਲਾਨ ਵੀ ਕਰ ਚੁੱਕੇ ਸਨ। ਪਰ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ, ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੀ ਆਪਣੇ ਰੋਸ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਹੈ। SKM ਰਾਜੇਵਾਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਅਸੀਂ ਸਮਝਦੇ ਹਾਂ ਵੀ ਇਹ ਸਾਈਲੋਜ਼ ਜਿਹੜੇ ਅੱਜ ਜਿਨ੍ਹਾਂ ਨੂੰ ਮੰਡੀਆਂ ਡਿਕਲੇਅਰ ਕੀਤਾ, ਇੱਥੇ ਬੱਸ ਨਹੀਂ ਸੀ ਹੋਣੀ। ਪਾਈਪ ਲਾਈਨ 'ਚ ਨੇ ਅਗਲੇ ਸਾਲ ਲਈ 24 ਸਾਈਲੋਜ਼ ਹੋਰ, ਉਹਦੇ ਬਾਅਦ ਫਿਰ ਨਵੇਂ ਆਈ ਜਾਣਗੇ। 3 ਸਾਲਾਂ ਵਿੱਚ ਸਾਰੇ ਪੰਜਾਬ ਵਿੱਚ ਸਾਈਲੋਜ਼ ਇੱਦਾਂ ਉਹਨਾਂ ਨੂੰ ਮੰਡੀਆਂ 'ਚ ਕਨਵਰਟ ਕਰਕੇ ਜਿਹੜੀ ਸਾਡੀ ਦੁਨੀਆਂ ਦੀ ਸਭ ਤੋਂ ਬਿਹਤਰੀਨ ਮੰਡੀ ਦਾ ਸਿਸਟਮ ਹੈ, ਸਾਡਾ ਮਾਰਕੀਟਿੰਗ ਸਿਸਟਮ ਪੰਜਾਬ ਦਾ, ਇਹਨੂੰ ਤਬਾਹ ਕਰਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦੀ ਇੱਕ ਸਾਜਿਸ਼ ਸੀ। ਤੇ ਸਾਰੇ ਪੰਜਾਬ ਦੇ ਕਿਸਾਨਾਂ ਨੇ, ਸੰਯੁਕਤ ਕਿਸਾਨ ਮੋਰਚਾ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ 8 ਤਰੀਕ ਦੀ ਰੈਲੀ ਦਾ ਐਲਾਨ ਕੀਤਾ ਸੀ। ਵੱਡੀ ਰੈਲੀ ਅਸੀਂ ਕਰਾਂਗੇ, ਉਹਦੇ ਵਿੱਚ ਟਰਾਂਸਪੋਰਟਰਾਂ ਨੇ, ਮਜ਼ਦੂਰਾਂ ਨੇ, ਆੜ੍ਹਤੀਆਂ ਨੇ, ਸਾਰਿਆਂ ਨੇ ਸਾਨੂੰ ਸਪੋਰਟ ਕਰਨ ਦਾ ਐਲਾਨ ਕੀਤਾ। ਅਸੀਂ ਉਹ ਜਿਹੜੇ ਸਾਡੇ ਸਪੋਰਟਰ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਅੱਜ ਨਤੀਜਾ ਇਹ ਹੋਇਆ ਵੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਹੁਣ ਇਹ ਜਿਹੜੇ ਸਾਈਲੋਜ਼ ਨੇ ਇੱਥੇ ਕੋਈ ਵੀ ਖਰੀਦ ਕੇਂਦਰ ਨਹੀਂ ਹੋਏਗਾ, ਉੱਥੇ ਖਰੀਦ ਨਹੀਂ ਹੋਏਗੀ। ਮੰਡੀਆਂ ਐਜ਼ ਇਟ ਇਜ਼ ਜਿੱਦਾਂ ਪਹਿਲਾਂ ਚੱਲਦੀਆਂ ਉੱਦਾਂ ਚੱਲਣਗੀਆਂ। ਪਰ ਅਸੀਂ ਅੱਜ ਫੈਸਲਾ ਕੀਤਾ ਵੀ 8 ਦੀ ਜਿਹੜੀ ਰੈਲੀ ਸੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ। ਜੇ ਕਦੀ ਵੀ ਸਰਕਾਰ ਫਿਰ ਇਸ ਤਰ੍ਹਾਂ ਦਾ ਫੈਸਲਾ ਲਏਗੀ ਅਸੀਂ ਇਮੀਡੀਏਟਲੀ ਫਿਰ ਇੱਥੇ ਵੱਡਾ ਕੱਟ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਾਂਗੇ। ਨਾਲ ਇਹ ਵੀ ਫੈਸਲਾ ਕੀਤਾ ਬਈ ਪੰਜਾਬ ਵਿੱਚ ਜਿਹੜਾ ਪੰਜਾਬ APMC ਐਕਟ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ, ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਮੁਤਾਬਕ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਖੋਲ੍ਹਣ ਦਾ ਅਧਿਕਾਰ ਰੱਖਦੀ ਹੈ, ਜਿਹਦੇ ਤਹਿਤ ਇਹਨਾਂ ਨੇ ਇਹਨਾਂ ਸਾਈਲੋਜ਼ ਨੂੰ ਮੰਡੀਆਂ 'ਚ ਕਨਵਰਟ ਕੀਤਾ ਸੀ। ਅਸੀਂ ਅੱਜ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਅਸੈਂਬਲੀ ਦੇ ਸੈਸ਼ਨ ਵਿੱਚ ਉਹ ਐਕਟ ਅਮੈਂਡ ਕੀਤਾ ਜਾਏ ਔਰ ਇੱਦਾਂ ਦੀ ਪ੍ਰਾਈਵੇਟ ਮੰਡੀ ਹੋਰ ਖੋਲ੍ਹਣ ਦੀ ਬਿਲਕੁਲ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇੱਕ ਤਾਂ ਇਹ ਅਸੀਂ ਫੈਸਲਾ ਕੀਤਾ, ਦੂਸਰਾ ਨਵੀਂ ਟੈਕਨੋਲੋਜੀ ਲੋੜ ਹੈ, ਸਾਈਲੋਜ਼ ਦੀ ਸਾਨੂੰ ਲੋੜ ਹੈ ਭੰਡਾਰਨ ਲਈ, ਅਸੀਂ ਉਹਦਾ ਵਿਰੋਧ ਨਹੀਂ ਕਰਦੇ। ਪਰ ਅਸੀਂ ਅੱਜ ਮੰਗ ਕਰ ਰਹੇ ਹਾਂ ਵੀ ਸਾਈਲੋਜ਼ ਜਿਹੜੇ ਨੇ ਪਬਲਿਕ ਸੈਕਟਰ 'ਚ ਲੱਗਣੇ ਚਾਹੀਦੇ ਆ, ਸਰਕਾਰ ਸਾਈਲੋਜ਼ ਲਾਵੇ, ਇਹ ਪ੍ਰਾਈਵੇਟ ਪਾਰਟੀਆਂ ਨੂੰ ਸਾਈਲੋਜ਼ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ। ਇਹ ਅੱਜ ਦਾ ਸਾਡਾ ਫੈਸਲਾ।